ਜਸਬੀਰ ਭੁੱਲਰ ਦੀ ਪੁਸਤਕ ਹੇ ਜਸਬੀਰ ਕਮਬਖਤ। ਜਸਬੀਰ ਭੁੱਲਰ ਦੀਆਂ ਚੋਣਵੀਆਂ ਕਹਾਣੀਆਂ। ਪਹਿਲੀ ਕਹਾਣੀ, ਹੱਥਾਂ 'ਚੋਂ ਤਿਲਕਿਆ ਸੂਰਜ। ਮੇਰੇ ਦਿਮਾਗ ਦੇ ਜੰਗਲ 'ਚ ਗੁੰਮ ਸ਼ਬਦਾਂ ਨੂੰ ਕਿਸੇ ਬੋਧੀ ਵਾਲੇ ਤਾਰੇ ਨੇ ਦਿਸ਼ਾ ਦੇ ਕੇ ਜ਼ਬਾਨ 'ਤੇ ਸਵਾਰ ਕਰ ਦਿੱਤਾ। ਗੱਡੀ ਭਰ ਕੇ ਸਪੈਸ਼ਲ ਤੋਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ। ਮੇਰੀ ਗੁਣਗੁਣਾਹਟ ਨਾਲ ਚੱਲਦੀ ਗੱਡੀ ਦੀ ਛੁੱਕ ਛੁੱਕ ਤਾਲ ਦਿੰਦੀ ਰਹੀ। ਅੰਮ੍ਰਿਤਸਰ ਤੋਂ ਭਰ ਕੇ ਤੋਰੀ ਗਈ ਅੱਜ ਦੀ ਗੱਡੀ ਵੀ ਸਪੈਸ਼ਲ ਸੀ, ਮਿਲਟਰੀ ਸਪੈਸ਼ਲ। ਪਾਕਿਸਤਾਨ ਨਾਲ ਜੰਗ ਅਜੇ ਜਾਰੀ ਸੀ। ਅਸੀਂ ਲੜਾਈ 'ਚ ਆਉਣ ਵਾਲੇ ਹੋਰ ਜ਼ਖਮੀਆਂ ਲਈ ਮੰਜੇ ਖਾਲੀ ਕਰਕੇ ਦਿੱਲੀ ਦੇ ਮਿਲਟਰੀ ਹਸਪਤਾਲ 'ਚ ਜਾ ਰਹੇ ਸੀ। ਪੂਰੀ ਗੱਡੀ ਮੁਲਕ ਦੇ ਉਹਨਾਂ ਨਰੋਏ ਜਿਸਮਾਂ ਦੀ ਭਰੀ ਸੀ ਜੋ ਹੁਣ ਅੰਗਹੀਣ ਅਤੇ ਅਪਾਹਜ ਹੋ ਗਏ ਸੀ। ਕਿਸੇ ਦੀਆਂ ਲੜਾਈ 'ਚ ਲੱਤਾਂ ਕੱਟੀਆਂ ਗਈਆਂ, ਕੋਈ ਬਾਹਾਂ ਤੋਂ ਬਿਨਾਂ ਸੀ, ਕੋਈ ਕੁਛ ਅਜਿਹੇ ਵੀ ਸਨ ਜਿਨ੍ਹਾਂ ਦੇ ਅੰਗਾਂ ਦੇ ਹੋਣ ਜਾਂ ਨਾ ਹੋਣ ਦਾ ਫੈਸਲਾ ਜੰਗ ਨਹੀਂ ਸੀ ਕਰ ਸਕੀ, ਹੁਣ ਡਾਕਟਰਾਂ ਨੇ ਕਰਨਾ ਸੀ। ਫੌਜੀ ਭਾਸ਼ਾ ਅਨੁਸਾਰ ਸਾਰੀ ਗੱਡੀ ਖੁਸ਼ਕਿਸਮਤਾਂ ਦੀ ਸੀ। ਸਾਰੇ ਲਾਵੇ ਦੇ ਸਮੁੰਦਰ 'ਚ ਗੋਤਾ ਲਾ ਕੇ ਵੀ ਜਿਉਂਦੇ ਨਿਕਲ ਆਏ ਸੀ। ਮੈਂ ਦੋ ਅੱਖਾਂ ਲੈ ਕੇ ਜੰਗ 'ਚ ਗਿਆ ਸੀ ਅਤੇ ਇੱਕ ਅੱਖ ਲੈ ਕੇ ਪਰਤ ਆਇਆ ਸਾਂ। ਮੈਂ ਕੁਛ ਵੱਧ ਖੁਸ਼ਕਿਸਮਤ ਸਾਂ, ਮੇਰੇ ਬਾਕੀ ਅੰਗ ਸਾਬਤ ਸਨ, ਮੈਂ ਤੁਰ ਫਿਰ ਸਕਦਾ ਸਾਂ। ਮਿਲਟਰੀ ਸਪੈਸ਼ਲ ਜਲੰਧਰ ਸ਼ਹਿਰ ਦੇ ਸਟੇਸ਼ਨ 'ਤੇ ਰੁਕੀ। ਪਲੈਟਫਾਰਮ 'ਤੇ ਜਮ੍ਹਾਂ ਲੋਕ ਬੜੇ ਉਤਸ਼ਾਹ ਨਾਲ ਖਾਣ ਪੀਣ ਦਾ ਨਿੱਕ ਸੁੱਕ ਫੌਜੀਆਂ 'ਚ ਵੰਡਣ ਲੱਗ ਪਏ। ਧੌਣਾਂ ਤਾਂ ਸਾਰਿਆਂ ਧੜਾਂ 'ਤੇ ਸਾਬਤ ਹੀ ਸਨ, ਇੱਕ ਇੱਕ ਹਾਰ ਵੀ ਉਹਨਾਂ ਗਲਾਂ 'ਚ ਪੈ ਗਿਆ। ਸਿਆਲ ਦੇ ਨਿੱਘੇ ਦਿਨ ਦੀ ਪੌਣ ਖੁੱਲ੍ਹੀਆਂ ਖਿੜਕੀਆਂ ਰਾਹੀਂ ਸਾਰੀ ਗੱਡੀ 'ਚ ਘੁੰਮ ਗਈ, ਪਰ ਉਸ ਕੂਪੇ ਦੀ ਖਿੜਕੀ ਬੰਦ ਸੀ, ਬੰਦ ਹੀ ਰਹੀ। ਬੰਦ ਖਿੜਕੀ ਪਿੱਛੇ ਹਨੇਰੇ 'ਚ ਲੇਟਿਆ ਉਹੀ ਇੱਕੋ ਇੱਕ ਪਾਕਿਸਤਾਨੀ ਜ਼ਖਮੀ ਸੀ ਜਿਹਨੂੰ ਸਾਡੇ ਨਾਲ ਹੀ ਦਿੱਲੀ ਭੇਜਿਆ ਜਾ ਰਿਹਾ ਸੀ। ਮੈਂ ਉਸ ਬਾਰੇ ਸੋਚਣ ਲੱਗ ਪਿਆ, ਸ਼ਾਇਦ ਹਵਾ ਦੀ ਬੇਲੋੜਗੀ ਕਰਕੇ ਨਹੀਂ, ਨਫ਼ਰਤ ਦੀ ਭੜਾਸ ਦੇ ਡਰੋਂ ਉਸ ਖਿੜਕੀ ਬੰਦ ਕੀਤੀ ਹੋਈ ਸੀ। ਉਤਸੁਕਤਾ ਜੀ ਜਾਗੀ ਕਿ ਵੇਖਾਂ ਤਾਂ ਸਹੀ, ਜਿਸ ਦਾ ਭੁਲੇਖਾ ਜਿਹਾ ਪੈਣ 'ਤੇ ਹਥਿਆਰ ਅੱਗ ਵਧਾਉਣੀ ਸ਼ੁਰੂ ਕਰ ਦਿੰਦੇ ਸੀ, ਉਹ ਨੇੜਿਓਂ ਕਿੰਨਾ ਕੁ ਖੂੰਖਾਰ ਸੀ। ਭੀੜ ਕੁਝ ਸਰਕੀ ਤਾਂ ਮੈਂ ਉਤਰ ਕੇ ਪਲੈਟਫਾਰਮ 'ਤੇ ਆ ਗਿਆ। ਬੰਦ ਖਿੜਕੀ ਦੇ ਸਾਹਮਣੇ ਟ੍ਰੇਨ ਉਸੀ ਕਰਨਲ ਵਿਆਸ ਸੰਤਰੀ ਨੂੰ ਕੁਝ ਹਦਾਇਤਾਂ ਦੇ ਰਿਹਾ ਸੀ। ਮੈਂ ਉਸ ਕੋਲੋਂ ਪਾਕਿਸਤਾਨੀ ਜ਼ਖਮੀ ਨੂੰ ਮਿਲਣ ਦੀ ਆਗਿਆ ਚਾਹੀ। ਉਸ ਇੱਕ ਵਾਰ ਅੱਖਾਂ ਸਕੋੜੀਆਂ ਅਤੇ ਫਿਰ ਮੁਸਕਰਾਇਆ, ਦੁਸ਼ਮਣ ਨੂੰ ਮਿਲਣ 'ਤੇ ਚਿੱਤ ਹੈ? ਯੈਸ ਸਰ। ਓਕੇ, ਉਹ ਹੱਸਿਆ, ਗੋ ਅਹੈਡ। ਕੂਪੇ ਦਾ ਹਨੇਰਾ ਕਸਮੈਲਾ ਜਿਹਾ ਸੀ, ਉਹ ਲੰਮੇ ਪਿਆ ਥੱਲੇ ਡਿੱਗਾ, ਕੰਬਲ ਫੜਨ ਦਾ ਨਿਸਫਲ ਜਿਹਾ ਯਤਨ ਕਰ ਰਿਹਾ ਸੀ। ਮੈਨੂੰ ਵੇਖ ਕੇ ਉਹ ਰੁਕ ਗਿਆ। ਉਹਦੀ ਤੱਕਣੀ 'ਚ ਕੋਈ ਵੀ ਭਾਵ ਮੈਥੋਂ ਉਸ ਵੇਲੇ ਨਹੀਂ ਪੜਿਆ ਗਿਆ। ਮੈਂ ਗਾਂਹ ਹੋ ਕੇ ਕੰਬਲ ਚੁੱਕਿਆ ਅਤੇ ਉਹਦੇ 'ਤੇ ਪਾ ਦਿੱਤਾ। ਸ਼ੁਕਰੀਆ। ਉਹਦੀ ਆਵਾਜ਼ ਭਾਰੀ ਅਤੇ ਨਿੱਘੀ ਸੀ। ਲੱਤ ਦਾ ਜ਼ਖਮ ਬਹੁਤ ਗਹਿਰਾ ਹੈ, ਲੱਤ 'ਤੇ ਜ਼ੋਰ ਪੈ ਜਾਏ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ, ਉੱਠਿਆ ਵੀ ਤਾਂ ਨਹੀਂ ਜਾਂਦਾ। ਜੇ ਤੁਸੀਂ ਨਾ ਆਉਂਦੇ ਤਾਂ ਮੈਂ ਠੰਡ 'ਚ ਹੀ ਪਿਆ ਰਹਿਣਾ ਸੀ। ਮੈਨੂੰ ਕੁਝ ਅਜੀਬ ਜਿਹਾ ਲੱਗਾ, ਇਹ ਤਾਂ ਮੇਰੇ ਵਰਗਾ ਹੀ ਬੰਦਾ ਹੈ, ਮੇਰੇ ਵਾਂਗ ਹੀ ਬੋਲਦਾ ਹੈ। ਮੈਨੂੰ ਮੇਜਰ ਗਿੱਲ ਕਹਿੰਦੇ ਨੇ, ਦਲੀਪ ਗਿੱਲ। ਮੇਰਾ ਨਾਮ ਮੇਜਰ ਅਸਲਮ ਹੈ, ਉਸ ਦੱਸਿਆ। ਨਾ ਮੈਂ ਹੀ ਮਿਲਾਉਣ ਲਈ ਹੱਥ ਅੱਗੇ ਕੀਤਾ ਅਤੇ ਨਾ ਉਸ। ਕੁਛ ਚਾਹੀਦਾ ਹੋਵੇ ਤਾਂ ਉਹਦੇ ਲਾਗੇ ਥੋੜ੍ਹੀ ਜਿਹੀ ਖਾਲੀ ਥਾਂ 'ਤੇ ਬੈਠਦਿਆਂ ਮੈਂ ਪੁੱਛਿਆ। ਉਹਦੇ ਬੋਲਾਂ 'ਚ ਸੰਕੋਚ ਸੀ। ਮੈਨੂੰ ਪਤਾ ਇਹ ਕੰਮ ਤੁਹਾਡੇ ਕਰਨ ਵਾਲਾ ਨਹੀਂ, ਜੇ ਸਿਗਰਟ ਮੰਗਵਾ ਕੇ ਦੇ ਸਕੋ ਤਾਂ ਸਿਗਰਟ ਬਿਨਾਂ। ਮੈਂ ਸੰਤਰੀ ਨੂੰ ਪੈਸੇ ਦਿੱਤੇ, ਉਹ ਸਿਗਰਟ ਅਤੇ ਮਾਚਸ ਲਿਆ ਕੇ ਮੇਜਰ ਅਸਲਮ ਨੂੰ ਦੇ ਦਿੱਤੇ। ਉਹ ਸਿਗਰਟ ਬੁੱਲਾਂ 'ਚ ਦੱਬੀ ਅਤੇ ਫਿਰ ਬਾਹਰ ਖਿੱਚ ਲਈ। ਸੋਰੀ, ਆਈ ਐਮ ਸੋਰੀ। ਮੈਂ ਮੁਸਕਰਾਇਆ, ਤੁਹਾਡੇ ਸਿਗਰਟ ਪੀਣ ਨਾਲ ਮੈਨੂੰ ਕੁਝ ਨਹੀਂ ਹੁੰਦਾ, ਤੁਸੀਂ ਪੀਓ। ਉਹ ਸਿਗਰਟ ਸੁਲਗਾ ਲਈ, ਕੁਝ ਖਾਣ ਲਈ ਮੰਗਵਾਵਾਂ? ਨਹੀਂ ਸ਼ੁਕਰੀਆ। ਲੰਮੇ ਪਿਆਂ ਪਿਆਂ ਤਾਂ ਭੁੱਖ ਵੀ ਮਰ ਗਈ ਹੈ। ਗੱਡੀ ਤੁਰ ਪਈ। ਪਲੈਟਫਾਰਮ ਜੈ ਜਵਾਨ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਮੈਂ ਖਿੜਕੀ ਦਾ
ਬਲਾਈਂਡ ਉੱਪਰ ਕਰਕੇ ਸ਼ੀਸ਼ਾ ਹੇਠਾਂ ਡੇਗ ਦਿੱਤਾ, ਕੂਪੇ ਵਿੱਚ ਚਾਨਣ ਹੋ ਗਿਆ। ਸਾਡੇ ਲੋਕ ਬੜੇ ਪਿਆਰੇ ਨੇ, ਸ਼ਾਇਦ ਅਜੀਬ ਸ਼ਬਦ ਠੀਕ ਹੈ, ਮੈਂ ਆਪਣੀ ਥਾਂ 'ਤੇ ਮੁੜ ਬੈਠਦਿਆਂ ਆਖਿਆ। ਅਸੀਂ ਬੰਦੇ ਮਾਰਦੇ ਹਾਂ ਅਤੇ ਸਾਡੇ ਗਲ ਰੱਸਿਆਂ ਦੀ ਥਾਂ ਹਾਰ ਪਾਉਂਦੇ ਨੇ, ਹੈ ਨਾ ਅਜੀਬ? ਲੋਕ ਸਾਡੇ ਵੀ ਇਹੋ ਜਿਹੇ ਹੀ ਨੇ, ਪਰ ਰੱਸੇ ਫੌਜੀਆਂ ਦੇ ਗਲੀ ਕਿਉਂ ਪੈਣ? ਰੱਸੇ ਤਾਂ ਗੱਲ ਕਰਦਿਆਂ ਕਰਦਿਆਂ ਉਸ ਜ਼ਬਾਨ ਦੱਬ ਲਈ, ਸਾਡੀਆਂ ਨਜ਼ਰਾਂ ਮਿਲੀਆਂ, ਗੱਲ ਸ਼ਾਇਦ ਰਾਜਨੀਤੀ ਵੱਲ ਆਉਂਦੀ ਸੀ। ਰਾਜਨੀਤੀ ਦੀ ਗੱਲ ਸਾਡੇ ਦੋਵਾਂ ਲਈ ਸੁਖਾਵੀ ਨਹੀਂ ਸੀ ਹੋਣੀ, ਇਸ ਬਾਰੇ ਚੁੱਪ ਰਹਿਣ ਦਾ ਅਸੀਂ ਮੂਕ ਫੈਸਲਾ ਕਰ ਲਿਆ। ਲੋਹੇ ਦੀ ਚਾਦਰ ਬਣ ਕੇ ਤਣੀ ਚੁੱਪ ਅਕਾਵੀ ਹੋ ਗਈ। ਵਿਆਹ ਹੋ ਗਿਆ? ਮੈਂ ਚੁੱਪ ਦੀ ਚਾਦਰ 'ਚ ਮੋਰੀ ਕਰਨ ਖਾਤਰ ਪੁੱਛਿਆ। ਹਾਂ, ਪਰ ਮੈਥੋਂ ਗਲਤੀ ਹੋ ਗਈ ਹੈ, ਉਸ ਸਿੱਲਾ ਜਿਹਾ ਹਾਸਾ ਹੱਸਿਆ, ਜਿਸ ਫੌਜੀ ਨੂੰ ਹਰ ਚੌਥੇ ਪੰਜਵੇਂ ਵਰ੍ਹੇ ਲੜਾਈ ਲੜਨੀ ਪਵੇ ਉਹਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਪਰ ਫੌਜੀ ਦੀ ਵਾਪਸੀ ਉਡੀਕਣ ਵਾਲਾ ਕੋਈ ਤਾਂ ਪਿੱਛੇ ਚਾਹੀਦਾ। ਹਾਂ, ਕੋਈ ਤਾਂ ਚਾਹੀਦਾ, ਅੱਬਾ ਅਤੇ ਅੰਮੀ ਦੋ ਜੀ ਹੀ ਸੂਲੀ 'ਤੇ ਟੰਗੇ ਬਹੁਤ ਸੀ, ਸਲਮਾ ਨੂੰ ਸਜ਼ਾ ਦੇਣ ਦੀ ਕੀ ਲੋੜ ਸੀ? ਖੈਰ, ਸਜ਼ਾ ਤਾਂ ਹਰ ਫੌਜੀ ਦੀ ਬੀਵੀ ਨੂੰ ਭੁਗਤਣੀ ਪੈਂਦੀ ਹੈ, ਸਲਮਾ ਵੀ ਸਹੀ। ਮੇਜਰ ਅਸਲਮ ਨੇ ਮੇਰੇ ਨਾਲ ਗੱਲ ਕਰਨ ਦੀ ਥਾਂ ਆਪਣੇ ਆਪ ਨਾਲ ਗੱਲ ਕੀਤੀ ਅਤੇ ਨਿੰਮੋ ਝੂਣਾ ਹੋ ਗਿਆ। ਅਗਲੇ ਛੇਣੋਂ ਫਿਰ ਤੁੜਕਿਆ, ਤੁਹਾਨੂੰ ਸਲਮਾ ਦੀ ਤਸਵੀਰ ਵਿਖਾਵਾਂ? ਸਾਰੇ ਫੌਜੀ ਇੱਕੋ ਜਿਹੇ ਹੁੰਦੇ ਨੇ, ਵਰਦੀ ਭਾਵੇਂ ਉਹਨਾਂ ਕਿਸੇ ਵੀ ਮੁਲਕ ਦੀ ਪਾਈ ਹੋਵੇ, ਛਿੰਦੀ ਆਪਣੀ ਦੀ ਤਸਵੀਰ ਦਾ ਨਿੱਘ ਮੇਰੀ ਜੇਬ ਵਿੱਚ ਵੀ ਸੀ। ਮੇਜਰ ਅਸਲਮ ਨੇ ਮੇਰਾ ਉੱਤਰ ਉਡੀਕੇ ਬਿਨਾਂ ਕਮੀਜ਼ ਦੀ ਖੱਬੀ ਜੇਬ ਦਾ ਬਟਨ ਖੋਲ੍ਹ ਕੇ ਤਸਵੀਰ ਕੱਢੀ, ਮੇਰੇ ਵੱਲ ਕਰ ਦਿੱਤੀ। ਕੁੜੀ ਬੱਦਲਾਂ 'ਚੋਂ ਨਿਕਲਦੇ ਚੰਦ ਵਰਗੀ ਸੀ। ਮੈਂ ਮੁਸਕਰਾਇਆ, ਅਸਲਮ, ਮੈਨੂੰ ਤਸਵੀਰ ਵੇਖੇ ਤੋਂ ਬਿਨਾਂ ਵੀ ਪਤਾ ਸੀ ਕਿ ਤੁਹਾਡੀ ਸਲਮਾ ਬੜੀ ਸੋਹਣੀ ਹੈ, ਮੁਸਲਮਾਨਣੀਆਂ ਸੋਹਣੀਆਂ ਹੁੰਦੀਆਂ ਨੇ। ਉਹ ਹੱਸਿਆ, ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਨੇ, ਉਹਨਾਂ ਦੇ ਸਲਮਾ, ਰਜਿੰਦਰ ਕੌਰ ਜਾਂ ਊਸ਼ਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਬੜਾ ਪਿਆਰਾ ਬੰਦਾ ਸੀ, ਜਿਉਂ ਜਿਉਂ ਗੱਲ ਅੱਗੇ ਤੁਰਦੀ ਸੀ ਹੋਰ ਸੋਹਣਾ ਹੋਈ ਜਾਂਦਾ ਸੀ। ਮੈਂ ਵੀ ਹੱਸਿਆ, ਇਹ ਕਿੱਦਾਂ ਹੋ ਸਕਦਾ? ਮੈਂ ਠੀਕ ਆਖਦਾ ਵਾਂ, ਹਰ ਸਧਾਰਨ ਕੁੜੀ 'ਚ ਵੀ ਕੋਈ ਨਾ ਕੋਈ ਗੱਲ ਇਹੋ ਜਿਹੀ ਹੁੰਦੀ ਹੈ ਜਿਹੜੀ ਉਹਨੂੰ ਸੋਹਣਿਆਂ ਬਣਾ ਸਕਦੀ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤੀਆਂ ਕੁੜੀਆਂ ਨੂੰ ਸਾਰੀ ਉਮਰ ਉਸ ਗਿੱਦੜ ਸਿੰਘੀ ਦਾ ਹੀ ਪਤਾ ਨਹੀਂ ਲੱਗਦਾ, ਆਖਿਰ ਤੱਕ ਉਹ ਕਸੋਹਣੀਆਂ ਹੀ ਬਣੀਆਂ ਰਹਿੰਦੀਆਂ। ਪਹਿਲੇ ਵਾਲਾ ਉਪਰਾਪਨ ਅਤੇ ਉਪਚਾਰਿਕ ਤਾਂ ਉਹਨੂੰ ਵੀ ਭੁੱਲ ਗਈ ਅਤੇ ਯਾਦ ਮੈਨੂੰ ਵੀ ਨਾ ਆਈ। ਪਤਾ ਨਹੀਂ ਕਿਹੜੇ ਪਲ ਅਸੀਂ ਦੋਵੇਂ ਤੁਸੀਂ ਤੋਂ ਤੂੰ ਹੋ ਕੇ ਪੁਰਾਣੇ ਬੇਲੀਆਂ ਵਾਂਗ ਗੱਲੀ ਜੁਟੇ। ਸਾਡੀ ਬੇਧਿਆਨਗੀ 'ਚ ਗੱਡੀ ਕੁਛ ਦੇਰ ਰੁਕੀ, ਫਿਰ ਚੱਲ ਪਈ। ਤੇਰੀ ਸ਼ਾਦੀ ਹੋ ਗਈ? ਅਸਲਮ ਨੇ ਪੁੱਛਿਆ। ਨਹੀਂ, ਮੰਗਣੀ ਹੋਈ ਹੈ, ਪਰ ਹੁਣ ਤਾਂ ਸ਼ਾਇਦ ਹੀ ਗੱਲ ਸਿਰੇ ਲੱਗੇ। ਮੇਰਾ ਹੱਥ ਅੱਖ 'ਤੇ ਬੱਜੀ ਪੱਟੀ 'ਤੇ ਚਲਾ ਗਿਆ, ਸਿੱਧਾ ਬੈਠਿਆਂ ਬੈਠਿਆਂ ਡੋਲ ਪੈਣ ਲੱਗ ਪਿਆ ਸੀ। ਅਸਲਮ ਨੇ ਮੇਰੇ ਜਾਗਣ ਲੱਗੇ ਦਰਦ ਨੂੰ ਬੜੀ ਸਮਝਦਾਰੀ ਨਾਲ ਥਾਪੜ ਦਿੱਤਾ। ਦਲੀਪ, ਤੇਰਾ ਪਿੰਡ ਕਿਹੜਾ ਭਲਾ? ਖਵਾਸਪੁਰ, ਤਰਨ ਤਾਰਨ ਤੋਂ ਗੋਇੰਦਵਾਲ ਨੂੰ ਜਾਈਏ ਤਾਂ। ਖਵਾਸਪੁਰ ਦਾ ਤਾਂ ਮੈਨੂੰ ਪਤਾ, ਤੈਨੂੰ ਕਿਵੇਂ ਪਤਾ? ਮੈਂ ਹੈਰਾਨ ਹੋ ਗਿਆ, ਮੇਰਾ ਪਿੰਡ ਵੀ ਤਾਂ ਤੇਰੇ ਪਿੰਡ ਦੇ ਨਾਲ ਹੀ ਹੈ। ਉਹਦੀ ਨਿੱਕੀ ਆਵਾਜ਼ ਤਰਲ ਹੋ ਗਈ, ਜਾਪੀ, ਆਪਣੀਆਂ ਜੜ੍ਹਾਂ ਮੈਂ ਭੈਰੋਵਾਲ 'ਚ ਹੀ ਤਾਂ ਪੁੱਟੀਆਂ ਨੇ। ਮੇਰੇ ਹੈਰਾਨ ਹੋਣ ਤੋਂ ਪਿੱਛੋਂ ਉਹਦੀ ਵਾਰੀ ਹੈਰਾਨੀ ਨਾਲ ਅੱਖਾਂ ਚੌੜੀਆਂ ਕਰਨ ਦੀ ਸੀ। ਮੈਂ ਅਸਲਮ ਨੂੰ ਦੱਸਿਆ, ਮੈਂ ਨਿੱਕਾ ਹੁੰਦਾ ਆਪਣੇ ਬਾਪੂ ਜੀ ਨਾਲ ਭਰੋਵਾਲ ਜਾਂਦਾ ਹੁੰਦਾ ਸੀ, ਉੱਥੇ ਉਹਨਾਂ ਦਾ ਪੱਗ ਵੱਟ ਭਰਾ ਰਹਿੰਦਾ ਸੀ, ਉਹ ਵੀ ਮੁਸਲਮਾਨ ਸੀ। ਕੀ ਨਾਂ ਸੀ ਉਹਨਾਂ ਦਾ? ਫਕੀਰ ਹੁਸੈਨ। ਕੀ? ਉਹ ਤਾਂ ਮੇਰੇ ਅੱਬਾ ਦਾ ਨਾਂ ਹੈ। ਉਹ ਉਛਲਿਆ, ਉਹਦੀਆਂ ਅੱਖਾਂ 'ਤੇ ਪਾਣੀ ਵਿੱਚ ਮੇਰਾ ਅਤੇ ਅਤੀਤ ਦਾ ਅਕਸ ਇਕੱਠਾ ਚਮਕਿਆ। ਉਹ ਪੀਲਾ ਦੋ ਮੰਜ਼ਿਲਾ ਮਕਾਨ, ਸਾਹਮਣੇ ਖੁੱਲ੍ਹਾ ਧਰੇਕਾਂ ਵਾਲਾ ਵਿਹੜਾ, ਬਰਾਂਡੇ 'ਚ ਕੋਨਿਆਂ ਦੇ ਮੂਹੜੇ 'ਤੇ ਤੂੰ ਭਿੱਡਾ ਹੈ। ਮੇਰਾ ਵੀ ਆਪਣੇ ਬਚਪਨ ਦੇ ਸਾਥੀ ਨੂੰ ਮਿਲ ਕੇ ਗੱਚ ਭਰ ਆਇਆ। ਤੂੰ ਮੇਰੇ ਤੋਂ ਹੀ ਗੋਲੀ, ਮੇਰੇ 'ਤੇ ਹੀ ਗੋਲੀ ਕਿਵੇਂ ਚਲਾਤੀ? ਮੈਂ ਆਖਦਾ ਆਖਦਾ ਰੁਕ ਗਿਆ। ਇਹੀ ਸਵਾਲ ਉਹ ਮੈਨੂੰ ਵੀ ਪੁੱਛ ਸਕਦਾ ਸੀ।
ਅਸਲਮ ਨੇ ਜਵਾਬ ਦੇਣ ਦੀ ਥਾਂ ਮੇਰਾ ਹੱਥ ਆਪਣੇ ਦੋਵਾਂ ਹੱਥਾਂ 'ਚ ਘੁੱਟ ਲਿਆ। ਭਾਵਨਾ ਦੇ ਝੱਖੜ 'ਚ ਜੋ ਖਿਆਲ ਸ਼ਬਦ ਨਹੀਂ ਸੀ ਬਣੇ, ਮੈਂ ਉਹਨਾਂ ਨੂੰ ਅਸਲਮ ਦੀ ਅੱਖਾਂ ਦੇ ਪਾਣੀ 'ਚ ਵੇਖ ਲਿਆ। ਖਿੜਕੀ ਦੇ ਬਾਹਰ ਰੁੱਖ ਪਿੱਛੇ ਨੂੰ ਦੌੜ ਰਹੇ ਸੀ। ਅਸੀਂ ਗੱਡੀ 'ਚ ਅਗਾਂਹ ਨੂੰ ਜਾਂਦੇ ਹੋਏ ਵੀ ਉਹਨਾਂ ਰੁੱਖਾਂ ਨਾਲ ਪਿਛਾਂ ਤੁਰ ਗਏ ਸਾਂ, ਬਹੁਤ ਪਿਛਾਂ। ਸੁਲਗਦੇ ਅਸਲਮ ਨੇ ਇੱਕ ਹੋਰ ਸਿਗਰਟ ਸੁਲਗਾ ਲਈ। ਮੇਰੇ ਅੱਬਾ ਭਰੋਵਾਲ ਨੂੰ ਆਪਣੀ ਹਿੱਕ 'ਚ ਲੁਕਾ ਕੇ ਲਾਹੌਰ ਲੈ ਗਏ ਨੇ। ਸਾਡੇ ਲਾਹੌਰ ਵਾਲੇ ਘਰ ਦਾ ਨਾਂ ਵੀ ਉਹਨਾਂ ਭਰੋਵਾਲ ਰੱਖਿਆ ਹੈ। ਤੂੰ ਹੀ ਦੱਸ ਦਲੀਪ, ਜਿਸ ਬੰਦੇ ਦੇ ਅੰਦਰ ਗੁੰਮ ਹੋ ਚੁੱਕਿਆ ਪਿੰਡ ਵਸਦਾ ਹੋਵੇ, ਉਹ ਪਤਾਸੇ ਵਾਂਗ ਨਾ ਖੁਰੂ ਤਾਂ ਹੋਰ ਕੀ ਹੋ। ਉਹਨਾਂ ਦੀ ਸਿਹਤ ਬਹੁਤ ਗਿਰ ਗਈ ਹੈ, ਬਾਪੂ ਜੀ ਵੀ ਬਹੁਤ ਬੁੱਢੇ ਹੋ ਗਏ ਨੇ, ਅਸਲਮ ਦੇ ਪੁੱਛਣ 'ਤੇ ਮੈਂ ਦੱਸਿਆ। ਪਰ ਚਾਚਾ ਜੀ ਦੀਆਂ ਗੱਲਾਂ ਅਜੇ ਵੀ ਅੱਜ ਵਾਪਰੀਆਂ ਵਾਂਗ ਕਰਦੇ ਨੇ ਅਤੇ ਅਸੀਂ ਹੁਣੇ ਵਾਪਰੀਆਂ ਵਾਂਗ ਸੁਣਦੇ ਹਾਂ ਸਾਰੀਆਂ ਗੱਲਾਂ। ਅਸਲਮ ਸਕੂਲੇ ਇਕੱਠਿਆਂ ਪੜ੍ਹਨ ਤੋਂ ਲੈ ਕੇ ਵਿਛੜਨ ਵੇਲੇ ਤੱਕ ਜਦੋਂ ਇੱਕ ਦੂਜੇ ਦੇ ਗਲ ਲੱਗ ਕੇ ਆਖਰੀ ਵਾਰ ਰੋਈ ਸੀ। ਜੇ ਤੂੰ ਉਹਨਾਂ ਨਾਲ ਮੈਨੂੰ ਮਿਲਾ ਸਕੇ, ਬਾਪੂ ਜੀ ਨੂੰ ਜਦੋਂ ਵੀ ਤੇਰੇ ਬਾਰੇ ਪਤਾ ਲੱਗਾ, ਉਹ ਮੈਨੂੰ ਮਿਲਣ ਤੋਂ ਪਹਿਲਾਂ ਤੈਨੂੰ ਮਿਲਣਗੇ। ਅਗਲੇ ਛੇਣੀ ਮੇਰੀ ਆਵਾਜ਼ ਸ਼ੱਕੀ ਹੋ ਗਈ ਅਤੇ ਵਿਸ਼ਵਾਸ ਨਿੰਮੋ ਝੂਣਾ। ਪਰ ਅਸਲਮ ਪਤਾ ਨਹੀਂ ਉਹਨਾਂ ਨੂੰ ਕੋਈ ਮਿਲਣ ਵੀ ਦੇਵੇ ਕਿ ਨਾ। ਕੂਪੇ ਦੀ ਹਵਾ ਉਦਾਸ ਹੋ ਗਈ। ਸਾਡਾ ਬਾਗ ਕਿਵੇਂ ਹੈ? ਬਾਗ ਦੇ ਕਈ ਬੂਟੇ ਮੈਂ ਆਪਣੇ ਹੱਥਾਂ ਨਾਲ ਲਾਏ ਸੀ, ਅਸਲਮ ਨੇ ਮੇਰੇ ਚਿਹਰੇ ਤੋਂ ਅੱਖਾਂ ਪਾਸੇ ਹਟਾ ਕੇ ਪੁੱਛਿਆ। ਬਾਗ ਦੇ ਪੁਰਾਣੇ ਰੁੱਖ ਨਵੇਂ ਮਾਲਕ ਨੇ ਕੱਟ ਦਿੱਤੇ ਨੇ, ਉਂਝ ਕਈ ਪੁਰਾਣੇ ਮੁੱਢ ਅਜੇ ਵੀ ਉੱਥੇ ਹੀ ਨੇ। ਹਾਂ, ਮੁੱਢ ਤਾਂ ਕਿੱਧਰ ਜਾਣੇ ਸੀ? ਅਸਲਮ ਹੋਰ ਉਦਾਸ ਹੋ ਗਿਆ। ਗੱਡੀ ਹੌਲੀ ਹੋ ਗਈ, ਸ਼ਾਇਦ ਕੋਈ ਸਟੇਸ਼ਨ ਆ ਰਿਹਾ ਸੀ। ਦਲੀਪ, ਹਾਂ, ਤੂੰ ਅੱਬਾ ਨੂੰ ਮੇਰੀ ਰਾਜ਼ੀ ਖੁਸ਼ੀ ਦਾ ਖੱਤ ਪਾ ਦੇਈਂ। ਸਲਮਾ ਨੂੰ ਵੀ ਲਿਖ ਦੇਈਂ ਕਿ ਫਿਕਰ ਨਾ ਕਰੇ, ਮੇਰੇ 'ਤੇ ਤਾਂ ਸ਼ਾਇਦ ਖੱਤ ਲਿਖਣ ਦੀਆਂ ਪਾਬੰਦੀਆਂ ਹੋਣਗੀਆਂ। ਮੈਂ ਉਹਦਾ ਦੱਸਿਆ ਸਿਰਨਾਵਾਂ ਲਿਖ ਲਿਆ। ਅਸਲਮ, ਮੈਨੂੰ ਸ਼ਾਇਦ ਤੇਰੇ ਨਾਲੋਂ ਪਹਿਲਾਂ ਹਸਪਤਾਲੋਂ ਛੁੱਟੀ ਮਿਲ ਜਾਏ, ਪਰ ਤੂੰ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੇ। ਮਿਲਟਰੀ ਹਸਪਤਾਲ ਦੇ ਇੱਕ ਦੋ ਸੀਨੀਅਰ ਅਫਸਰ ਮੇਰੇ ਚੰਗੇ ਵਾਕਫ ਨੇ, ਮੈਂ ਉਹਨਾਂ ਨੂੰ ਦੱਸਾਂਗਾ ਕਿ ਅਸਲਮ ਮੇਰੇ ਚਾਚਾ ਜੀ ਦਾ ਲੜਕਾ ਹੈ, ਉਹ ਤੇਰਾ ਪੂਰਾ ਖਿਆਲ ਰੱਖਣਗੇ। ਬੈਠਿਆਂ ਬੈਠਿਆਂ ਮੇਰੀ ਅੱਖ ਦੀ ਪੀੜ ਬਹੁਤ ਵੱਧ ਗਈ ਸੀ, ਸ਼ਾਇਦ ਲੰਮੇ ਪਿਆਂ ਕੁਝ ਆਰਾਮ ਆਵੇ। ਮੇਰਾ ਦਵਾਈ ਖਾਣ ਦਾ ਵੇਲਾ ਵੀ ਹੋ ਗਿਆ, ਮੈਂ ਜਾਣ ਲਈ ਉੱਠ ਖਲੋਤਾ। ਚੰਗਾ, ਭੀੜ ਘਟੀ ਤਾਂ ਮੈਂ ਆਵਾਂਗਾ, ਨਾ ਘਟੀ ਤਾਂ ਵੀ ਆਵਾਂਗਾ, ਸ਼ਾਮ ਦੀ ਚਾਹ ਇਕੱਠੇ ਪੀਵਾਂਗੇ। ਗੱਡੀ ਖਲੋ ਗਈ, ਮੈਂ ਤੁਰਨ ਲੱਗਿਆ, ਆਪਣਾ ਹੱਥ ਅੱਗੇ ਵਧਾਇਆ, ਉਸ ਮੇਰਾ ਹੱਥ ਬੁੱਲਾਂ ਨੂੰ ਲਾ ਲਿਆ। ਸਟੇਸ਼ਨ ਪਤਾ ਨਹੀਂ ਕਿਹੜਾ ਸੀ, ਮੈਂ ਉਤਰ ਕੇ ਆਪਣੇ ਡੱਬੇ 'ਚ ਆ ਗਿਆ। ਕਿੰਨੀਆਂ ਸਾਰੀਆਂ ਧੌਣਾਂ ਮੇਰੇ ਵੱਲ ਨੂੰ ਲੰਮੀਆਂ ਹੋ ਗਈਆਂ, ਬੋਲ ਗੜਿਆਂ ਵਾਂਗ ਡਿੱਗੇ, ਕਿਹੋ ਜਿਹਾ ਹੈ, ਕੀ ਹੋਇਆ, ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਆਮ ਬੰਦਿਆਂ ਵਾਂਗ ਹੀ ਦਿਸਦਾ ਹੈ, ਅੱਖ 'ਚ ਤਰਾਟ ਪੈਣ ਨਾਲ ਮੈਂ ਕਸੀਸ ਵੱਟੀ। ਆਪਣੀ ਥਾਂ 'ਤੇ ਲੰਮੇ ਪੈਂਦਿਆਂ ਆਖਿਆ, ਉਹ ਕੱਟਦਾ ਬਿਲਕੁਲ ਨਹੀਂ, ਅਸਲੋਂ ਨਹੀਂ। ਧੰਨਵਾਦ।